ਚੋਣਾਂ ਲੜਨਾ ਵੀ ਇੱਕ ਜ਼ਰੂਰ ਹੈ। ਮਤਲਬ ਹਰ ਕੋਈ ਨੀਟੂ ਸ਼ੱਟਰ ਵਾਲਾ ਨਹੀਂ ਬਣ ਸਕਦਾ, ਪਰ ਦੇਸ਼ ਦੇ ਵਿੱਚ ਹਜ਼ਾਰਾਂ ਨੀਟੂ ਸ਼ੱਟਰ ਵਾਲੇ ਹੈਗੇ ਜਨਾਬ, ਉਰੇ ਹਰ ਵਾਰ ਵਾਲੀ ਚੋਣਾਂ 'ਚ ਹੈਗੇ। ਇਸ ਵਾਰ 543 ਲੋਕ ਸਭਾ ਸੀਟਾਂ ਦੀਆਂ ਚੋਣਾਂ ਦੇ ਦੌਰਾਨ 8,360 ਉਮੀਦਵਾਰ ਮੈਦਾਨ 'ਚ ਸੀ, 8,360, ਜਿਨ੍ਹਾਂ 'ਚੋਂ 7,194 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਮਤਲਬ 8,360 ਉਮੀਦਵਾਰਾਂ ਦੇ ਵਿੱਚੋਂ 7,194 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਣ ਦਾ ਮਤਲਬ ਜਿਹੜੇ ਆਪਣੀ ਜ਼ਮਾਨਤ ਬਚਾ ਸਕੇ ਨੇ ਉਹਨਾਂ ਦੀ ਗਿਣਤੀ 1,166 ਹੈ, ਜਿਨ੍ਹਾਂ 'ਚੋਂ 543 ਤਾਂ ਜੇਤੂ ਨੇ। ਸੋ 543 ਤੋਂ ਇਲਾਵਾ ਜੇ ਮੁਕਾਬਲੇ 'ਚ ਕੋਈ ਸੀ ਤਾਂ 623 ਸੀ। ਚਲੋ ਕੁਝ ਇਹੋ ਜਿਹੇ ਵੀ ਹੋਣੇ ਜਿਹੜੇ ਬਿਲਕੁਲ ਨੇੜੇ ਆ ਕੇ, ਕਿਉਂਕਿ 6ਵਾਂ ਹਿੱਸਾ ਜਿੰਨੀਆਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਉਮੀਦਵਾਰ ਖੜ੍ਹਾ ਹੈ, ਉਸ 'ਚ ਜਿੰਨੇ ਉਮੀਦਵਾਰ ਖੜ੍ਹੇ ਨੇ ਉਹਨਾਂ ਸਾਰਿਆਂ ਦੇ ਕੋਲ 6ਵਾਂ ਹਿੱਸਾ ਘੱਟੋ ਘੱਟ ਆਉਣਾ ਜ਼ਰੂਰੀ ਹੈ ਤਾਂ ਜ਼ਮਾਨਤ ਬਚਦੀ। ਜਿਹਦੇ ਕੋਲ 6ਵੇਂ ਹਿੱਸੇ ਦੀ ਵੋਟ ਨਹੀਂ ਆਉਂਦੀ, ਕੁੱਲ ਪੋਲ ਹੋਈ ਵੋਟ 'ਚੋਂ, ਤਾਂ ਫਿਰ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ 1,166 ਨੇ ਜ਼ਮਾਨਤ ਬਚਾਈ ਆ, ਇਹਚੋਂ 543 ਜਿੱਤ ਗਏ, 623 ਉਹ ਨੇ ਜਿਹੜੇ ਆਪਣੀ ਜ਼ਮਾਨਤ ਬਚਾਉਣ 'ਚ ਕਾਮਯਾਬ ਹੋਏ। ਅਸਲ 'ਚ ਤਾਂ ਇਹੀ ਕਹਾਂਗੇ ਨਾ, ਪਰ ਆਹ ਜਿਹੜੇ 7,194 ਨੇ ਇਹਨਾਂ 'ਚ ਕੁਝ ਮੁੱਖ ਪਾਰਟੀਆਂ ਦੇ ਹੋਣੇ, ਕੁਝ ਸੰਕੇਤਕ ਤੌਰ 'ਤੇ ਪਤਾ ਵੀ ਹੋਵੇ ਕਿ ਹਾਰਨਾ ਤਾਂ ਵੀ ਚੋਣ ਲੜਦੇ ਆ, ਪਰ ਕੁਝ ਨੀਟੂ ਸ਼ੱਟਰ ਵਾਲੇ ਵੀ ਹੁੰਦੇ ਆ। ਪਤਾ ਨਹੀਂ ਨੀਟੂ ਸ਼ੱਟਰ ਵਾਲੇ ਦੀ ਕਿਸੇ ਦਿਨ ਕਿਸੇ ਵਿੱਚ ਜਾਗ ਜਾਵੇ ਅਗਲਾ ਜਿਸ ਸ਼ਿੱਦਤ ਨਾਲ ਲੱਗਿਆ, ਪਰ ਆਹ ਪੂਰੇ ਦੇਸ਼ ਦੇ ਹਵਾਲੇ ਨਾਲ ਮੈਂ ਗੱਲ ਕਰ ਕਿ ਹਜ਼ਾਰਾਂ ਬੰਦੇ ਇਸ ਜਨੂੰਨ 'ਚ, ਜਿਵੇਂ ਉਹ ਕਹਿੰਦੇ ਨਾ ਕਿਸੇ ਨੂੰ ਮੋਬਾਈਲ ਚਲਾਉਣ ਦੀ ਆਦਤ ਪੈ ਗਈ, ਕਿਸੇ ਨੂੰ ਫਿਲਮਾਂ ਦੇਖਣ ਦੀ ਆਦਤ ਪੈ ਗਈ, ਕਿਸੇ ਨੂੰ ਖਾਣ ਦੀ ਉਹ ਆਦਤ ਹੁੰਦੀ ਹੈ, ਕਿਸੇ ਨੂੰ ਚੋਰੀ ਕਰਨਾ ਵੀ ਇੱਕ ਬਿਮਾਰੀ ਹੋ ਜਾਂਦੀ ਹੈ, ਉਸੇ ਤਰ੍ਹਾਂ ਦਾ ਇਹ ਵੀ ਇੱਕ ਮਾਨਸਿਕ ਰੋਗ, ਇੱਕ ਜਨੂੰਨ ਹੈ, ਇੱਕ ਆਦਤ ਬਣ ਜਾਂਦੀ ਹੈ ਕਿ ਬਾਈ ਭਰੋ ਆਪਾਂ ਤਾਂ ਚੋਣ ਲੜਨੀ। ਮੈਨੂੰ ਅੱਜ ਵੀ ਯਾਦ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਹਲਕਾਬੰਦੀ ਪੁਰਾਣੇ ਤਰ੍ਹਾਂ ਨਾਲ ਹੁੰਦੀ ਸੀ, ਅਵਿਨਾਸ਼ ਰਾਏ ਖੰਨਾ ਹੋਰੀ ਜਦੋਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਨੇ, ਸ਼ਾਇਦ ਉਸ ਵਾਰ ਜਾਂ ਉਸ ਤੋਂ ਪਹਿਲੀ ਵਾਰ, ਇੱਕ ਮੁੰਡਾ ਵੀ ਕਿਉਂ ਪੂਰਾ ਮਤਲਬ ਚੰਗੀ ਉਮਰ ਦਾ, ਇੱਕ ਸਬਜ਼ੀ ਵਾਲੀ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ, ਅਤੇ ਉਸ ਨੂੰ ਚੱਕ ਚੁਕਾ ਕੇ ਬੰਦਿਆਂ ਨੇ ਮਿਲ ਜੁਲ ਕੇ ਪੈਸੇ 'ਚ ਭਰ ਭੁਰ ਕੇ ਉਸ ਨੂੰ ਲੋਕ ਸਭਾ ਚੋਣਾਂ 'ਚ ਉਮੀਦਵਾਰ ਖੜ੍ਹਾ ਕਰਤਾ, ਅਤੇ ਉਹ 9 ਵਿਧਾਨ ਸਭਾ ਹਲਕਿਆਂ ਵਾਲੀ ਚੋਣ ਜਦੋਂ ਇੱਕ ਬੰਦਾ ਸਧਾਰਨ ਬੰਦਾ ਲੜੂਗਾ ਤਾਂ ਫਿਰ ਕੀ ਹਾਲਤ ਹੋਊ, ਬਾਅਦ 'ਚੋਂ ਸੁਸਾਈਡ ਕਰ ਲਿਆ। ਸੋ ਆਹ ਇੱਕ ਵਰਤਾਰਾ ਕੀ ਇਹ ਜਨੂੰਨੀਪਣ ਹੈ, ਕੀ ਇਹ ਕੋਈ ਚੱਕ ਚੁਕਾ ਹੁੰਦੀ ਹੈ, ਕੋਈ ਕੁਝ ਤੇਰਾ ਜਾਣ ਬੁੱਝ ਕੇ ਕਿਸੇ ਨੂੰ ਇਸ ਲਈ ਖੜ੍ਹਾ ਕਰਦੀਆਂ ਕਿ ਇਹ ਉਸ ਭਾਈਚਾਰੇ 'ਚੋਂ ਆਉਂਦਾ ਇਸ ਲਈ ਵੋਟਾਂ ਖਾ ਲੂਗਾ, ਕੁਝ ਨਾਵਾਂ ਨੂੰ ਦੇਖ ਕੇ ਕੋਈ ਇਸੇ ਨਾਮ ਨਾਲ ਖੜ੍ਹਾ ਕਰ ਦਿਓ, ਕਈ ਉਹੋ ਜਿਹੇ ਚੋਣ ਨਿਸ਼ਾਨ ਮਿਲਾ ਕੇ, ਸੋ ਕਿੰਨਾ ਕੁਛ ਵਾਪਰਦਾ। ਪਰ ਇਸ ਵਾਰ ਕਹਿੰਦੇ ਜੀ ਜਿਹੜੀਆਂ ਇਹ 16.36 ਕਰੋੜ ਰੁਪਈਆ ਇਹਨਾਂ ਦਾ 7,194 ਉਮੀਦਵਾਰਾਂ ਦਾ ਜ਼ਬਤ ਹੋ ਗਿਆ, ਕਿਉਂਕਿ ਜਦੋਂ ਜ਼ਮਾਨਤ ਜ਼ਬਤ ਹੋ ਗਈ ਤਾਂ ਜ਼ਮਾਨਤ ਰਾਸ਼ੀ ਆਮ ਵਿਅਕਤੀ ਦੀ ਜਰਨਲ ਉਮੀਦਵਾਰ ਦੀ 25,000 ਹੈ, ਅਤੇ ਜੇ ਰਾਖਵੇਂ ਵਾਲੀ ਹੈ ਤਾਂ ਉਹਦੇ ਵਿੱਚ 12,500 ਹੈ। ਸੋ 7,194 ਬੰਦਿਆਂ ਦੀ ਜਦੋਂ ਜ਼ਮਾਨਤ ਜ਼ਬਤ ਹੋਈ ਤਾਂ 16.36 ਕਰੋੜ ਰਾਸ਼ੀ ਬਣ ਗਈ, ਲਗਭਗ ਕੁੱਲ ਉਮੀਦਵਾਰਾਂ 'ਚੋਂ 86.1 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਰਿਕਾਰਡ ਤਾਂ ਲਗਭਗ ਪਿਛਲੀ ਵਾਰ 'ਚ ਨਹੀਂ ਹੈ, ਪਿਛਲੀ ਵਾਰ ਵੀ 86% ਸੀ, ਪਰ ਗਿਣਤੀ ਪਿਛਲੀ ਵਾਰ ਦੇ ਹਿਸਾਬ ਨਾਲ ਘੱਟ ਆ, ਇਸ ਲਈ ਪਿਛਲੀ ਵਾਰ ਦੀ ਸਰਕਾਰ ਦੀ ਆਮਦਨ ਵੀ ਘੱਟ ਆ। 2019 ਦੇ ਵਿੱਚ 8,054 ਉਮੀਦਵਾਰ ਖੜ੍ਹੇ ਸੀ, ਇਸ ਵਾਰ 8,360 ਉਮੀਦਵਾਰ ਵੱਧ ਖੜ੍ਹੇ ਆ। 8,054 ਦੇ ਵਿੱਚੋਂ 6,293 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਪਿਛਲੀ ਵਾਰ, 6,923
ਸੋ ਪਿਛਲੀ ਵਾਰ 6,923 ਅਤੇ ਇਸ ਵਾਰ 7,194 ਵੱਧ ਗਿਆ ਬੰਦੇ। ਸੋ ਪਿਛਲੀ ਵਾਰ ਵੀ 86% ਸੀ, ਇਸ ਵਾਰ ਵੀ 86.1% ਹੈ। ਪਿਛਲੀ ਵਾਰ ਰਾਸ਼ੀ 15.87 ਕਰੋੜ ਸੀ, ਇਸ ਵਾਰ ਰਾਸ਼ੀ 16.36 ਕਰੋੜ ਹੈ, ਲਗਭਗ 16.5 ਕਰੋੜ। ਸੋ ਇਸ ਲਈ ਜੀ ਕੁਝ ਜਨੂੰਨੀ ਬੰਦੇ ਅਜਿਹੇ ਹੁੰਦੇ ਨੇ, ਪਰ ਜੇ ਪਾਰਟੀ ਦਰ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਜੇਕਰ ਕਿਸੇ ਦੀ ਜ਼ਮਾਨਤ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜ਼ਬਤ ਹੋਈ ਆ ਤਾਂ ਉਹ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਨੇ। ਇੱਕ ਵੀ ਉਮੀਦਵਾਰ ਉਹਨਾਂ ਦਾ ਜਿੱਤ ਨਹੀਂ ਸਕਿਆ ਅਤੇ ਸਭ ਤੋਂ ਵੱਧ ਜ਼ਮਾਨਤਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਬਤ ਹੋਈਆਂ ਨੇ। ਸੋ ਇਸ ਲਈ ਇਹ ਵੀ ਇੱਕ ਚਸਕਾ ਹੈ, ਸਿਆਸੀ ਚਸਕਾ, ਜਿਹਨੂੰ ਲੱਗ ਜਾਵੇ ਉਹ ਮਾੜਾ। ਚਲੋ ਜੀ, ਚਸਕਾ ਤਾਂ ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ। ਤੁਸੀਂ ਵੇਖਦੇ ਰਹੋ ਤਾਂ TVNRI। ਬਹੁਤ ਬਹੁਤ